ਲੋਕਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਸਾਨੂੰ ਇਸ ਇਲਾਕੇ ਦੀ ਸੇਵਾ ਦੇਈਏ ਉਸ ਤੋਂ ਬਾਅਦ ਇਸ ਇਲਾਕੇ ਦੀ ਡਿਵੈਲਪਮੈਂਟ ਇਸ ਇਲਾਕੇ ਦੀ ਸੜਕਾਂ ਦਾ ਜੋ ਕੰਮ ਹੋਣਗੇ ਪਹਿਲੇ ਦੱਸ ਰਹੇ ਕਿਉਂਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਜਿਸ 'ਤੇ ਸੂਬੇ ਦੇ ਮੁੱਖ ਮੰਤਰੀ ਹਰਮਨ ਪਿਆਰੇ ਸਾਹਿਬ ਮੰਤਰੀ ਜਿਨ੍ਹਾਂ ਨੇ ਹਲਕੇ ਪੰਜਾਬ ਦੇ ਸਾਰਾ ਸੂਬੇ ਦੇ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਦੀ ਜਿਹੜੀ ਚਲਾਈ ਹੈ ਮੈਂ ਉਹਦਾ ਧੰਨਵਾਦ ਕਰਨਾ ਔਰ ਖਾਸ ਤੌਰ 'ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਆਰ ਦੇ ਨਾਲ ਆਸ਼ੀਰਵਾਦ ਦੇ ਨਾਲ ਸਾਡੇ ਸੇਵਾ ਦੇ ਲਈ ਪੂਰਾ ਮੌਕਾ ਦਿੱਤਾ। ਅੱਜ ਕਿਤੇ ਸੜਕਾਂ ਬਣ ਰਹੀਆਂ ਨੇ, ਕਿਤੇ ਟੂਬਲ ਲੱਗ ਰਹੇ ਨੇ, ਕਿਤੇ ਪਾਣੀ ਦੀ ਲੈਣਾ ਪੈ ਰਹੀਆਂ, ਕਿਤੇ ਸੀਵਰ ਦਾ ਕੰਮ ਚੱਲ ਰਿਹਾ, ਕਿਤੇ ਲਾਈਟਾਂ ਲੱਗ ਰਹੀਆਂ ਨੇ। ਮਤਲਬ ਕਹਿੰਦਾ ਕਿ ਚੌਪੱਖੀ ਵਿਕਾਸ ਆਪਾਂ ਨੂੰ ਕਹਿ ਸਕਦੇ ਹਾਂ ਜੋ ਮਾਨਸਾ ਦੀ ਸਰਕਾਰ ਵੱਲੋਂ ਪਹਿਲਕਦਮੀ ਕੀਤੀ ਗਈ ਹੈ। ਮੈਂ ਸੀ ਐਮ ਸਾਹਿਬ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੀ, ਕਿਉਂਕਿ ਰਵਾਇਤੀ ਪਾਰਟੀਆਂ ਤਕਰੀਬਨ ਆਖਰੀ ਸਾਲ ਦੇ ਵਿੱਚ 4.5 ਸਾਲ ਜਦੋਂ ਬੀਜਾਂ ਦੀ ਉਦੋਂ ਡਿਵੈਲਪਮੈਂਟ ਦਾ ਕੰਮ ਕਰਦੀ ਸੀ ਔਰ ਸਾਡੀ ਸਰਕਾਰ ਨੇ ਪਹਿਲੇ ਹੀ ਮਹੀਨਿਆਂ ਦੇ ਵਿੱਚ ਚਾਹੇ ਉਹ ਨੌਕਰੀਆਂ ਦੀ ਗੱਲ ਕਰ ਲਈਏ, ਚਾਹੇ ਉਹ ਡਿਵੈਲਪਮੈਂਟ ਦੀ ਗੱਲ ਕਰ ਲਈਏ, ਚਾਹੇ ਕੱਚਿਆਂ ਤੋਂ ਪੱਕੇ ਕਰਨ ਦੀ ਗੱਲ ਕਰ ਲਈਏ, ਚਾਹੇ ਬਿਜਲੀ ਦਾ ਵਾਅਦਾ ਕਰ ਲਈਏ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ, ਚਾਹੇ ਸਿਹਤ ਸੇਵਾਵਾਂ ਦੀ ਗੱਲ ਕਰ ਲਈਏ, ਅੱਜ ਪਹਿਲਕਦਮੀ ਆਮ ਆਦਮੀ ਪਾਰਟੀ ਵੱਲੋਂ ਹੋਈ ਹੈ। ਔਰ ਤਕਰੀਬਨ ਮਾਸ ਕਰਨਾ ਕਿ ਮੈਂ ਤੁਹਾਡੇ ਮਾਧਿਅਮ ਤੋਂ ਅਪੀਲ ਵੀ ਕਰਨਾ ਚਾਹੂੰਗਾ ਕਿ ਜੇ 1 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਕਾਰਿਆਸ਼ੈਲੀ ਜੋ ਲੋਕਾਂ ਦੇ ਵਿੱਚ ਕੰਮ ਹੋਇਆ ਅੱਛਾ ਲੱਗਦਾ ਹੋਵੇ ਤਾਂ ਆਮ ਆਦਮੀ ਪਾਰਟੀ 3-4 ਮਹੀਨੇ ਬਾਅਦ ਫਾਰਮੇਟ ਇਲੈਕਸ਼ਨ ਕਰਾਉਣ ਜਾ ਰਹੀ ਹੈ, ਜਿਸ ਦੇ ਵਿੱਚ ਆਸ ਹੈ ਕਿ ਤੁਹਾਡਾ ਆਸ਼ੀਰਵਾਦ ਮਿਲੇਗਾ ਔਰ ਆਮ ਆਦਮੀ ਪਾਰਟੀ ਦਾ ਹੀ ਹੋਸਟ 'ਚ ਮੇਅਰ ਬਣੇਗਾ, ਡਬਲ ਇੰਜਨ ਦੀ ਸਰਕਾਰ ਚੱਲੇਗੀ, ਕਾਰਪੋਰੇਸ਼ਨ ਮੇਅਰ ਆਮ ਆਦਮੀ ਪਾਰਟੀ ਦਾ ਹੋਏਗਾ ਔਰ ਤਕਰੀਬਨ ਪੰਜਾਬ ਦੇ ਸੂਬੇ ਵਿੱਚ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਕੁਮਾਰ ਸਿੰਘ ਮਾਨ ਜੀ ਸ਼ਹਿਰ ਨੂੰ ਡਿਵੈਲਪਮੈਂਟ ਵਾਸਤੇ ਫੰਡ ਦੇਣਗੇ ਔਰ ਕਾਰਪੋਰੇਸ਼ਨ ਨੂੰ ਫੰਡ ਆਉਣਗੇ। ਆਪਾਂ ਰਲ ਕੇ ਇਸ ਇਲਾਕੇ ਦੀ ਸ਼ਹਿਰ ਦੀ ਖੂਬਸੂਰਤੀ ਵਾਸਤੇ ਡਿਵੈਲਪਮੈਂਟ ਵਾਸਤੇ ਫੰਡ ਲਿਆ ਕੇ ਲੋਕਾਂ ਨੂੰ ਜੋ ਆ ਰਹੀਆਂ ਦਿੱਕਤਾਂ ਆ ਰਹੀਆਂ ਮੁਸ਼ਕਲਾਂ ਉਹਦਾ ਹੱਲ ਕਰਾਂਗੇ।